ਸਵੇਰੇ ਦੇ ਤੜਕੇ ਮੇਰੇ ਘਰ ਹੀ ਜਾਂਦੇ ਆ ਔਰ ਜਾ ਕੇ ਦੁਆ ਸਲਾਮ ਬੁਲਾਉਂਦੀ ਹੈ ਔਰ ਅੱਗੋਂ ਫਰੀਦ ਸਾਹਿਬ ਕਹਿੰਦੇ ਨੇ ਕਿ ਮੈਨੂੰ ਇੱਕ ਕੰਮ ਪੈ ਗਿਆ ਤੁਹਾਡੇ ਤੱਕ ਮੈਨੂੰ ਅੱਗ ਚਾਹੀਦੀ ਹੈ ਮੈਨੂੰ ਅੱਗ ਚਾਹੀਦੀ ਅੱਗੋਂ ਸਵਾਲ ਕਰਦੀ ਬੇਸ਼ਵਾ ਕਿ ਅੱਗ ਕੀ ਕਰਨੀ ਆ ਉਹ ਜਦੋਂ ਮੁਰਸ਼ਦ ਦੀ ਗੱਲ ਮੂੰਹੋਂ ਨਿਕਲਦੀ ਹੈ ਅੱਗੋਂ ਬੇਸ਼ਵਾ ਸਮਝ ਜਾਂਦੀ ਹੈ ਫਰੀਦ ਸਾਹਿਬ ਦੇ ਮੂੰਹੋਂ ਕੀ ਗੱਲ ਨਿਕਲਦੀ ਹੈ ਸਾਡੇ ਮੁਰਸ਼ਦਾਂ ਨੂੰ ਅਸੀਂ ਇਸ਼ਨਾਨ ਕਰਾਉਣਾ ਉਹਦੇ ਲਈ ਪਾਣੀ ਗਰਮ ਕਰਨਾ ਉਹਦਾ ਹੁੱਕਾ ਤਾਜ਼ਾ ਕਰਨਾ ਜਦੋਂ ਮੁਰਸ਼ਦ ਦੀ ਗੱਲ ਮੂੰਹੋਂ ਨਿਕਲਦੀ ਆ ਅੱਗੋਂ ਬੇਸ਼ਵਾ ਵੀ ਗੁਰੂ ਵਾਲੀ ਸੀ ਮੁਰਸ਼ਦ ਵਾਲੀ ਸੀ ਅੱਗੋਂ ਬਾਬਾ ਜੀ ਉਹ ਕੀ ਤਰਕ ਮਾਰਦੀ ਆ ਕਹਿੰਦੀ ਫਰੀਦਾ ਅੱਗ ਹੈਗੀ ਤਾਂ ਹੈ ਪਰ ਅੱਗ ਮਹਿੰਗੀ ਬਹੁਤ ਹੈ ਫਰੀਦ ਸਾਹਿਬ ਕਹਿੰਦੇ ਕਿ ਕਿੰਨੀ ਕੁ ਮਹਿੰਗੀ ਅੱਗ ਹੈ ਉਹ ਕਹਿੰਦੇ ਕਹਿੰਦੇ ਇੱਕ ਕੋਲੇ ਦੇ ਬਦਲੇ ਇੱਕ ਅੱਖ ਦੇ ਬਦਲੇ ਇੱਕ ਕੋਲਾ ਇੱਕ ਅੱਖ ਦੇ ਬਦਲੇ ਇੱਕ ਕੋਲਾ ਫਰੀਦ ਸਾਹਿਬ ਬਿਨਾਂ ਸੋਚੇ ਸਮਝੇ ਆਪਣੀ ਅੱਖ ਦੇ ਉੱਤੇ ਡੀਲੇ ਵਿੱਚ ਹੱਥ ਪਾਉਂਦੇ ਨੇ ਆਪਣਾ ਡੀਲਾ ਕੱਢ ਕੇ ਅੱਖ ਕੱਢ ਕੇ ਬੇਸ਼ਵਾ ਦੇ ਹੱਥ ਤੇ ਰੱਖ ਦਿੰਦੇ ਨੇ ਤੇ ਅੱਗ ਲੈ ਕੇ ਤੁਰੇ ਜਾਂਦੇ ਆ ਰਾਹ ਦੇ ਵਿੱਚ ਫਿਰ ਉਹੀ ਕੰਮ ਹੁੰਦਾ ਮੀਂਹ ਆ ਜਾਂਦਾ ਬਾਬਾ ਜੀ ਮੀਂਹ ਦੇ ਕਰਕੇ ਜਿਹੜੀ ਅੱਗ ਲੈ ਕੇ ਜਾਂਦੇ ਸੀ ਉਹ ਅੱਗ ਵੀ ਬੁੱਝ ਜਾਂਦੀ ਹੈ ਫਰੀਦ ਸਾਹਿਬ ਮੁੜ ਕੇ ਫਿਰ ਲੈ ਕੇ ਬੇਸ਼ਵਾ ਦਰਵਾਜ਼ਾ ਖੜਕਾਉਂਦੇ ਬੇਸ਼ਵਾ ਨੂੰ ਫਿਰ ਜਾ ਕੇ ਸਵਾਲ ਕਰਦੇ ਕਿ ਉਹਨੂੰ ਅੱਗ ਚਾਹੀਦੀ ਕਹਿੰਦੇ ਬਾਬਾ ਜੀ ਹੁਣੇ ਅੱਗ ਲੈ ਕੇ ਤੇ ਕਿੱਥੇ ਗਈ ਉਹ ਕਹਿੰਦੇ ਉਹ ਤਾਂ ਜਿਹੜੀ ਅੱਗ ਲੈ ਕੇ ਗਿਆ ਸੀ ਮੈਂ ਤੁਹਾਡੇ ਕੋਲੋਂ ਉਹ ਅੱਗ ਤਾਂ ਮੀਂਹ ਆਉਣ ਦੇ ਨਾਲ ਬੁੱਝ ਗਈ ਉਹ ਕੋਲਾ ਜਿਹੜਾ ਸੀ ਮੀਂਹ ਆਉਣ ਦੇ ਨਾਲ ਉਹ ਕੋਲਾ ਬੁੱਝ ਗਿਆ ਤੇ ਉਹ ਸਰਕਾਰ ਕਹਿੰਦੇ ਫਿਰ ਮੈਨੂੰ ਅੱਗ ਉਹੀ ਮੈਨੂੰ ਅੱਗ ਫਿਰ ਚਾਹੀਦੀ ਮੈਨੂੰ ਅੱਗ ਲੈਣਾ ਹੈ ਤੁਹਾਡੇ ਕੋਲੋਂ ਇੱਕ ਕੋਲਾ ਹੋਰ ਦੇ ਦਿਓ ਕਹਿੰਦੇ ਬਾਬਾ ਅੱਗ ਮਿਲਦਾ ਜਾਊਗੀ ਪਰ ਮੈਨੀ ਉਸੇ ਪਾਇਆ ਲੈਣੀ ਤਾਂ ਲੈ ਜਾ ਨਹੀਂ ਤਾਂ ਤੇਰੀ ਮਰਨੀ ਕਿਉਂਕਿ ਕਹਿੰਦੇ ਇਸ਼ਕ ਵਿੱਚ ਸੌਦਾ ਜਿਹੜਾ ਬਾਬਾ ਜੀ ਕਹਿੰਦੇ ਤੋਲ ਕੇ ਨਹੀਂ ਕੀਤਾ ਜਾਂਦਾ ਤੋਲ ਦੇਖ ਕੇ ਨਹੀਂ ਕੀਤਾ ਜਾਂਦਾ ਸੋ ਸਰਕਾਰ ਦੇ ਦਿਲ ਦੇ ਵਿੱਚ ਮੁਰਸ਼ਦ ਲਈ ਇਸ਼ਕ ਹੈ ਫਰੀਦ ਸਾਹਿਬ ਦੇ ਦਿਲ ਦੇ ਵਿੱਚ ਜਿੱਤ ਖਵਾਜਾ ਗਰੀਬ ਨਾਲ ਸਰਕਾਰ ਦੇ ਲਈ ਇਸ਼ਕ ਹੈ ਔਰ ਸਰਕਾਰ ਕੀ ਕਹਿੰਦੇ ਨੇ ਕਹਿੰਦੇ ਕੋਈ ਗੱਲ ਨਹੀਂ ਅੱਗ ਜਿੰਨੀ ਮਰਜ਼ੀ ਮਹਿੰਗੀ ਹੈ ਮੈਨੂੰ ਆਪਣਾ ਤਨ ਵੀ ਵੇਚਣਾ ਪੈ ਜਾਏ ਕੋਈ ਗੱਲ ਨਹੀਂ ਲੇਕਿਨ ਮੈਨੂੰ ਅੱਗ ਚਾਹੀਦੀ ਹੈ ਕਹਿੰਦੇ ਬਾਬਾ ਲੈ ਜਾ ਫਿਰ ਅੱਗ ਤਾਂ ਉਹੀ ਭਾਵਣੀ ਆ ਸੋ ਦੂਜਾ ਵਡੇਲਾ ਵੀ ਕੱਢਦੇ ਆ ਕੱਢ ਕੇ ਬੇਸ਼ਵਾ ਦੇ ਹੱਥ ਉੱਤੇ ਰੱਖਦੇ ਆ ਕੋਲਾ ਚੱਕ ਕੇ ਕੋਲਾ ਹੱਥ ਦੇ ਵਿੱਚ ਲੈ ਕੇ ਤੁਰ ਪੈਂਦੇ ਨੇ ਔਰ ਗੋਂਦੇ ਗੋਂਦੇ ਜਾਂਦੇ ਕੀ ਕਹਿੰਦੇ ਨੇ ਕਿ ਦੋਨੇ ਨੈਣ ਕੰਜਰਾਂ ਦੇ ਘਰ ਵਿੱਚ ਵੀ ਇੱਕ ਤੇਰੀ ਅੱਗ ਬਲਦੀ ਕਿ ਮੁਰਸ਼ਦਾ ਕਿ ਦੋਨੇ ਨੈਣ ਕੰਜਰਾਂ ਦੇ ਘਰ ਵਿੱਚ ਇੱਕ ਤੇਰੀ ਅੱਗ ਬਲਦੀ ਜਾ ਕੇ ਇਸ਼ਨਾਨ ਕਰਾਉਂਦੇ ਸਰਕਾਰ ਦੇ ਲਈ ਪਾਣੀ ਗਰਮ ਕਰਦੇ ਆ ਸਰਕਾਰ ਦਾ ਹੋਕਾ ਤਾਜ਼ਾ ਕਰਦੇ ਆ ਸਰਕਾਰ ਨੂੰ ਆਪਣੇ ਹੱਥੀਂ ਇਸ਼ਨਾਨ ਕਰਾਉਂਦੇ ਬਾਬਾ ਫਰੀਦ ਸਾਹਿਬ ਜਾ ਕੇ ਅੱਖਾਂ ਉੱਤੇ ਬਹੁਤ ਜੀ ਪੱਟੀ ਬੰਨ ਲੈਂਦੇ ਜਦੋਂ ਅੱਖਾਂ ਉੱਤੇ ਪੱਟੀ ਬੰਨੀ ਦੇਖਦੇ ਖਵਾਜਾ ਸਾਹਿਬ ਸਰਕਾਰ ਫਰੀਦ ਸਾਹਿਬ ਨੂੰ ਕਹਿੰਦੇ ਆ ਕਿ ਕਹਿੰਦੇ ਫਰੀਦਾ ਕੀ ਗੱਲ ਹੋ ਗਈ ਉਹ ਕਮਲਿਆ ਅੱਖਾਂ ਕਿਤੇ ਬੰਨੀਆਂ ਉਹ ਕਹਿੰਦੇ ਸਰਕਾਰ ਅੱਖਾਂ ਆਈਆਂ ਹੋਈਆਂ ਅੱਖਾਂ ਆਈਆਂ ਹੋਈਆਂ ਮਤਲਬ ਕਹਿੰਦੇ ਅੱਖਾਂ ਦੁੱਖਣੀਆਂ ਆਈਆਂ ਹੋਣਗੀਆਂ ਕਿ ਬਾਬਾ ਜੀ ਅੱਖਾਂ ਦੁੱਖਣੀਆਂ ਆਈਆਂ ਹੋਣਗੀਆਂ ਨਹੀਂ ਕਿਉਂਕਿ ਸਿਆਣੇ ਕਹਿੰਦੇ ਜੇ ਅੱਖਾਂ ਦੁੱਖਣੀਆਂ ਜਿਹੜੀਆਂ ਬੰਦੇ ਦੀਆਂ ਅੱਖਾਂ ਦੁੱਖਣੀਆਂ ਆਈਆਂ ਹੋਈਆਂ ਹੋਣ ਜੇ ਉਹਨੂੰ ਕੋਈ ਹੋਰ ਵੀ ਦੇਖ ਲੈ ਤਾਂ ਉਹਦੀਆਂ ਅੱਖਾਂ ਵੀ ਦਬ ਜਾਂਦੀਆਂ ਫਰੀਦ ਸਾਹਿਬ ਕਹਿੰਦੇ ਕਿ ਬਾਬਾ ਜੀ ਖਵਾਜਾ ਸਾਹਿਬ ਸਰਕਾਰ ਇਹ ਮੇਰੇ ਪੀਰੋ ਮੁਰਸ਼ਦ ਸਰਕਾਰ ਦੀਆਂ ਅੱਖਾਂ ਦੁੱਖਣੀਆਂ ਆਈਆਂ ਹੋਈਆਂ ਨੇ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਦੇਖ ਕੇ ਤੁਹਾਡੀਆਂ ਵੀ ਅੱਖਾਂ ਵਿੱਚ ਦਬ ਜਾਓ ਇਸ ਲਈ ਕਹਿੰਦੇ ਪੱਟੀ ਬੰਨੀ ਉਹ ਕਹਿੰਦੇ ਕਮਲਿਆ ਜੇ ਅੱਖਾਂ ਆਈਆਂ ਹੋਈਆਂ ਤੇ ਪੱਟੀ ਖੋਲ ਦੇ ਇੱਕ ਵਾਰੀ ਕਹਿੰਦੇ ਨੇ ਦੂਜੀ ਵਾਰੀ ਫਿਰ ਉਹੀ ਗੱਲ ਫਰੀਦ ਸਾਹਿਬ ਆਪਣੇ ਧਿਆਨ ਸਰਕਾਰ ਨੂੰ ਇਸ਼ਨਾਨ ਕਰਾਈ ਜਾਂਦੇ ਨੇ ਫਿਰ ਖਵਾਜਾ ਸਾਹਿਬ ਕਹਿੰਦੇ ਨੇ ਉਹ ਫਰੀਦਾ ਤੈਨੂੰ ਕਹਿ ਜੇ ਅੱਖਾਂ ਆਈਆਂ ਤਾਂ ਪੱਟੀ ਖੋਲ ਦੇ ਸੋ ਸਰਕਾਰ ਫਿਰ ਉਸੇ ਤਰ੍ਹਾਂ ਸਰਕਾਰ ਦੀ ਸੇਵਾ ਵਿੱਚ ਲੱਗੇ ਨੇ ਆਖਿਰਕਾਰ ਜਦੋਂ ਲਾਸਟ ਵਾਰੀ ਤੀਜੀ ਵਾਰੀ ਸਰਕਾਰ ਕਹਿੰਦੇ ਨੇ ਉਹ ਫਰੀਦਾ ਤੈਨੂੰ ਸੁਣਦਾ ਨਹੀਂ ਅਸੀਂ ਤੈਨੂੰ ਕਹਿੰਦੇ ਕਮਲਿਆ ਜੇ ਅੱਖਾਂ ਆਈਆਂ ਹੋਈਆਂ ਪੱਟੀ ਖੋਲ ਲੈ ਬਾਬਾ ਜੀ ਉਹ ਪੱਟੀ ਖੋਲੀ ਸੌ ਰੱਬ ਦੀ ਕਹਿੰਦੇ ਅੱਖਾਂ ਉਦੋਂ ਦੁਨੀਆਂ ਇਹ ਹੁੰਦੀ ਇੱਕ ਮੁਰਸ਼ਦ ਦੀ ਕਰਾਮਾਤ ਇੱਕ ਮੁਰਸ਼ਦ ਇੱਥੇ ਤੱਕ ਪਹੁੰਚਿਆ ਆਪਣਾ ਜਾਈਏ ਕਿਉਂਕਿ ਮੁਰਸ਼ਦ ਕਹਿੰਦੇ ਕਹਿੰਦੇ ਪਾਣੀ ਪੀਏ ਚੁਣ ਕੇ ਗੁਰੂ ਫੜੀਏ ਪਾਣੀ ਪੀਏ ਪੁਣ ਕੇ ਗੁਰੂ ਫੜੀਏ ਚੁਣ ਕੇ ਕਿਉਂਕਿ ਮੁਰਸ਼ਦ ਦਾ ਦਰਜਾ ਜਿਹੜਾ ਹੈ ਰੱਬ ਦੇ ਸਮਾਨ ਹੈ ਸੋ ਇਸ ਤਰ੍ਹਾਂ ਦਾ ਸੀ ਇਸ਼ਕ ਖਵਾਜਾ ਸਾਹਿਬ ਸਰਕਾਰ ਦਾ ਖਵਾਜਾ ਸਾਹਿਬ ਸਰਕਾਰ ਦੇ ਨਾਲ ਫਰੀਦ ਸਾਹਿਬ ਦਾ ਔਰ ਬਾਬਾ ਬੁੱਲੇ ਸ਼ਾਹ ਜੀ ਸਰਕਾਰ ਦੀ ਉਹਨਾਂ ਨੂੰ ਤੁਸੀਂ ਸਰਕਾਰ ਬਖੂਬੀ ਜਾਣੀ ਜਾਣੋ ਸਾਨੂੰ ਕੋਈ ਦੱਸਣ ਦੀ ਲੋੜ ਨਹੀਂ ਹੈ ਸੋ ਬਹੁਤ ਸਾਰਾ ਮਾਣ ਬਾਬੇ ਵੱਲੋਂ ਸਰਕਾਰ ਵੱਲੋਂ ਸੋ ਇਸ ਤਰ੍ਹਾਂ ਤਾਂ ਹੁੰਦਾ ਇੱਕ ਮੁਰਸ਼ਦ ਦੇ ਨਾਲ ਇੱਕ ਮਰੀਜ਼ ਦਾ ਇਸ਼ਕ ਹੋਣਾ ਵੀ ਇੱਦਾਂ ਚਾਹੀਦਾ ਬਾਬਾ ਜੀ ਸੋ ਬਹੁਤ ਸਾਰਾ ਮਾਣ ਜੀ ਤਹਿਤ ਵੱਲੋਂ ਧੰਨਵਾਦ ਹੈ ਜੀ ਲਓ ਜੀ ਇਸ ਨਾਲ ਇਹ ਪ੍ਰਲੋਤੀ ਕਰ ਰਹੇ ਹਾਂ ਸੇਵਨ ਡੇਰਾ
جیسے شہباز کلندر سرکار دے کلام دے نال ترجمة
Thank you.
ਸੀ ਮੌਲਾ ਵਾਲੀ ਸਰਕਾਰ ਦੇ ਕਲਾਮ ਦੇ ਨਾਲ ਹਾਜ਼ਰੀ ਸਜ ਗਈਆਂ ਇਸ਼ਕ ਪਾਰਾ ਵਿੱਚ ਨੱਚ ਪਈਆਂ।
Yeah.
راحل سوديو جارنا جنرالي كي ساتي اسو پروگرام نو آپ ساري سنگت نو آپ ساري سنگت جنرالي درشن ہے دیش بدیش بیج بیٹھنے ہوئے ساري سنگتا نو پروائے نے دیش بدیش بیج بیٹھے ہوئے میرے بیر پر آسانیاں پہنا نے ساري مطاما نے اسو پروگرام دا آنا دا مانیا اسو لائی والے بیران دا بے تیدل دا تانو بات کرتے ہیں جی میرے بانی شکریہ جی سو انت بچہ آپ سب کو جائے پیرا دی جائے بلیاں دی گلشن رہو تا پھول کھلیں گے رہی زندگی تا پھر ملیں گے رہی زندگی تا پھر ملیں گے انت بچہ ساری سنگتن ہو جائے پیرا دی جائے بلیاں دی جائے کارا ستیہ سرکار دا بول سچے دربار کی جائے جائے کارا کھوجا گریب رو سرکار دا بول سچے دربار کی جائے
بڑے آئے محبوب بڑے دیکھے
سچے دربار کی جیسے میری سرکار ہے ایسا نہیں کوئی کہ ایک رات میری آنکھ سے ایک آنسو نکل آیا حضور ایک رات میری آنکھ سے ایک آنسو نکل آیا میں نے اس آنسو سے پوچھا کہ تُو باہر کیوں آیا اور اس آنسو نے مجھے بتلایا کہ تیری آنکھ میں پیر دادو شاہ کا پیار اس قدر ہے سمایا کہ میں چاہ کر بھی تیری آنکھ میں اپنی جگہ نہ بنا پایا ایدہ نے میری سرکار ہے جڑے ساڈی روب روب دے وچ وسدے ایک بار دادا جی دے نام تے تاڑی بجاؤ سارے دے شکریہ مہربانی بہت سارا پیار بہت سارا سرکار اللہ دے وزیراں والوں مست فقیراں والوں بخت بخت دربار دعائے فقیراں والوں بہت سارا پیار ہے بہت سارا سرکار ہے شکریہ مہربانی سرکار یعنی والے پیر پیرہ دے پیر شاہ جلانی انہوں نے کلام تھوڑی نظر کر رہے ہیں جن ڈبیاں بن لائیاں
سن فریاد پیرا دیا پیرا تے میری عرض سنی کن کر کے او میری عرض سنی کن کر کے او اس میری تو خطرہ کا دا تے جیندے آپ کھڑا پنج پھڑ کے Oh, my God.
ਉਹਦੇ ਸੱਚੇ ਦਰਬਾਰ ਕੀ ਤਾਰ ਮੇਰੀ ਬੇੜੀ ਪੀਰਾ ਬਗਦਾਦ ਤਬਾਰਿਆ ਜਿਨ੍ਹਾਂ ਜਿਨ੍ਹਾਂ ਦੀਆਂ ਬੇੜੀਆਂ ਤਰੀਆਂ ਹੈ ਦਰਬਾਰ ਤੋਂ ਇੱਕ ਵਾਰ ਤਾੜੀ ਵਜਾਉਂਦਾ ਕਰਦੇ ਆ ਤੂੰ ਮੇਰੇ
بتشرد
पीर फकीरानू दर दर पटकन दी
दाता जी मैनू नौकर रख लो दाता जी चाही दे लख करोड़ ओ कर सजदा पीर फकीरां दर दर